ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ ਅਸੀਂ ਟੀਮ ਉਫਾ ਵੱਲੋਂ ਮੋਹਾਲੀ ਦੇ ਵਿੱਚ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੋਰਚਾ ਲੱਗਿਆ, ਬੜੇ ਹੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਮੌਕਾ ਮਿਲਿਆ ਇਸ ਮੋਰਚੇ ਦੇ ਵਿੱਚ। ਬਾਬਾ ਮੁਖੀ ਜੀ ਜਥੇਦਾਰ ਰਾਜਾ ਰਾਜ ਸਿੰਘ ਉਹਨਾਂ ਨੂੰ ਅਸੀਂ ਮਿਲੇ ਵੀ ਹਾਂ ਜੀ। ਘੋੜਿਆਂ ਦੀ ਸੇਵਾ ਵਾਸਤੇ ਅਸੀਂ ਕੁਛ ਵਸਤੂ ਲੈ ਕੇ ਆਏ। ਤੁਸੀਂ ਦੇਖ ਸਕਦੇ ਹੋ ਆਹ ਮੋਰਚਾ ਸਾਰੇ ਪਾਸੇ ਲੱਗਿਆ, ਕੁਛ ਬਰਸਾਤ ਕਰਕੇ ਸਾਨੂੰ ਘੱਟ ਲੱਗੇਗਾ ਜੀ, ਲੇਕਿਨ ਬੜੇ ਹੀ ਵਾਹਿਗੁਰੂ ਦੀ ਕਿਰਪਾ ਹੈ ਜਿਹੜੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਕੁਛ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਅਤੇ ਅਸੀਂ ਅੱਜ ਜਥੇਦਾਰ ਰਾਜਾ ਰਾਜ ਸਿੰਘ ਦੇ ਕੋਲ ਮੋਹਾਲੀ ਦੇ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਦੀ ਮੋਰਚਾ ਲੱਗਿਆ ਉਹਦੇ ਵਿੱਚ ਹਾਜ਼ਰੀ ਲਵਾਈ ਹੈ ਜੀ ਪੂਰੀ ਟੀਮ ਵੱਲੋਂ, ਜਿਹਨਾਂ ਸਾਡੇ ਨੈਸ਼ਨਲ ਚੇਅਰਮੈਨ ਜਸਪ੍ਰੀਤ ਸਿੰਘ ਆਹਲੂਵਾਲੀਆ ਜੀ, ਪੰਜਾਬ ਪ੍ਰੈਜੀਡੈਂਟ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ, ਸੁਖਵਿੰਦਰ ਸਿੰਘ ਆਹਲੂਵਾਲੀਆ ਜੀ ਨਵੀਂ ਆਹਲੂਵਾਲੀਆ ਵੀ ਜੀ, ਅਤੇ ਮੈਂ ਖੁਦ ਹਰਕੀਰਤਪਾਲ ਸਿੰਘ ਜੀ ਹਾਜ਼ਰੀ ਲਗਵਾਈ। ਅਤੇ ਬਾਕੀ ਜਿੰਨੀ ਵੀ ਸਾਡੀ ਹੋਰ ਇੱਥੇ ਪ੍ਰਕਿਰਿਆ ਹੋਈ ਹੈ ਸਾਡੇ ਵੱਲੋਂ ਉਹਦੀ ਪੂਰੀ ਫੁੱਲ ਵੀਡੀਓ ਸਾਡੇ ਯੂਫਾ ਦੇ ਪੇਜ ਦੇ ਉੱਤੇ ਤੁਸੀਂ ਦੇਖ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।